अस्सलाम वालेकुम नादरीन, मैं आवां शेख अहमद, मैं फिर आ गया। तुम कहते हो फिर आ गया, मैं फिर आंदा जांदा रहा क्योंकि भैने परौने आ रहे ज्योति तुम मैंने घर के अंदर नहीं बढ़ना। मदद करा तू इन्ना नहीं आया भी। अज मैं चला एक जगह की करन चला, मैं ते फरमान चले आप रोटी खान क्योंकि भुख ना बहुत हो एंड चले रोटी खाने। अब तुम आता स्ट्रीट फूड लाहौर का, लाहौर का स्ट्रीट फूड बनता किंजे वे पैंता की है क्योंकि लाहौर बड़ा मशहूर है तुम्हें पता स्ट्रीट फूड वास्ते। मैं तुम्हें पता पंजाबी बनता, पंजाबी बंद ढिड भी बहुत व्डा होंगे तो मेरा तो कुछ ज्यादा ही व्डा। हूँ जाके आप मगज ओ पईयां ने चांपां इत्थे कटवा के फिर लैके जाना उत्थे। ढेर सारा प्याज, ढेर सारा टमाटर, सो मतलब नींबू टमाटर, नींबू तो पाए नहीं होने। गलत शह नहीं समझनी, मगज के नाल गुंदे की चर्बी है। दम लाता भाई, चमा चम चमा चम लो जी, दम घुट ला लो रंग खोलता है। ਲੋਈ ਨਾਲ ਦੀ ਜਿਹੜਾ ਮੇਰਾ ਭੇਜਾ ਫਰਾਈ ਲੱਗਿਆ ਸੀ ਉਹਨਾਂ ਲਵਾ ਲਿਆ ਉਸਤਾਦ ਨਾ ਪੂਰਾ ਤੇ ਕੰਮ ਕਸ਼ ਕਰਕੇ ਮੈਂ ਕਹਿੰਦਾ ਮਾਸ਼ਾ ਅੱਲਾਹ ਦਾ ਮੈਨੂੰ ਦਬਾ 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 ਲਗੇ ਇਹ ਕੁਝ ਵੀ ਚੱਲ ਨਿਕਲ ਕੇ ਆਈ। ਲੋਰੀ ਫੇਰ ਉਹਦਾ ਦਮ ਘੋੜ ਅਸੀਂ ਮੱਖਣ ਪਾਣਾ ਕਿ ਘਿਓ ਪਾਣਾ, ਮੱਖਣ ਘਿਓ ਮੱਖਣ ਘਿਓ ਜੋ ਮਰਜ਼ੀ ਪਾ, ਦੋਨਾਂ ਦਾ ਇੱਕੋ ਰੇਟ ਜਾ ਰਿਹਾ ਜੋ ਲਾਦ ਨੇ ਘਿਓ ਵੀ ਉਸੇ ਪਾ ਮੱਖਣ ਵੀ ਉਸੇ ਪਾ। फरमान भी लगन लगी है दाल तो फरमाना जी। हाँ देखो बाशो थोड़े वो नल धोने का ही नहीं मगर आ रहे, मेरा भेजा फ्राई मगज खा रहे हैं तो दाल खाएंगे। मगर खा रहे मटन पवाया, चांपा दी बोलियां जिहड़ियां होंदियां ने ओह पवाया, भेजा फ्राई विच अंडा ते माड़ा जिहा कीमा, समझ मेरी गल। चीज़ां तुसीं नहीं सोचना कि शेख आहो नजायज फरोशी चीज़ां खा रहे हैं। तो खैर क्योंकि फरमान दे मेदे च मसला है, तो मेदे च जिहड़ी है की है गैस है, मतलब पूरे पाकिस्तान च गैस नहीं है तो मेदे च गैस है। तो यदि गैस है तो यह कहना मैं दाल खाँगा, मैंने गोश मना है, डॉक्टर ने मैंने रोटी मना की है, तो आप सब कुछ खा लिया। तो खैर मैं खा लगा जी मगज, तो तुम वेखो भीर नूं खाने आ खाँदा, तो खैर बड़े बुरे तरीके ना मैं, लेकिन फिर भी तुम्हें वादा कीजिए कि ब्लॉग तुम वेने वेने लाया लै भाई लै जी, वह दाल मेरी नहीं है उस्ताद जी रखी जा रहे हैं शेरां के घर रखी जा रहे हैं। लो जी आ गया थोड़े वीर का मगज। बिस्मिल्लाहिर्रहमानिर्रहीम।
ਉਹ ਜਿਹੜਾ ਸੱਟਾ ਹੈ ਉਹ ਤੱਤਿਆ ਉਹ ਸਾਹ ਜਿਹੜੇ ਤੱਤੇ ਦੇ ਨਾਲ ਨਾ ਜੱਟਦਾਰ ਵੀ ਮੈਨੇ ਰਾਤ ਦੇ ਅੱਛਾ ਮੇਰਾ ਰੋਟੀਆਂ ਨੂੰ ਫੋਕਾ ਕੇ ਭਾਈ ਨਾਨ ਜਿਹੜੀ ਰੋਟੀ ਲਿਆ ਉਹ ਚਪਾਤੀ ਨੇ ਮੈਨੇ ਪੁੱਛਣਾ ਹੈ ਜੇ ਤੂੰ ਮਗਦ ਨਹੀਂ ਖਾਏਗਾ ਦੋ ਦਸ ਵੀ ਨਹੀਂ ਜਗ੍ਹਾ ਨਹੀਂ ਲੱਭਣੀ ਹੈ ਜੇ ਤੂੰ ਮਗਦ ਨਾ ਖਾਏ ਘੋੜਿਆਂ ਦੀ ਖੁਰਾਕਾਂ ਖਾਏਗਾ ਦਾਲ ਮਰੇ ਲੋਕਾਂ ਨੇ ਮੈਨੂੰ ਐਵੇਂ ਬਦਨਾਮ ਕੀਤਾ ਕਿ ਮੈਂ ਬਹੁਤ ਖਾਂਦਾ ਇੱਕ ਨਾਨ ਖਾਧਾ ਤੇ ਮਾਸ਼ਾਅੱਲਾ ਨੌਨ ਸਟਾਪ ਚਰੀ ਜਾ ਰਿਹਾ ਤੇ ਮੈਂ ਇੰਨਾ ਕੁ ਖਾਧਾ ਇੰਨਾ ਇਹ ਪੂਰੀ ਦਬੀੜ ਗਿਆ ਮਰਨੇ 6 ਕੋਲੀਆਂ ਦੇ ਚਟਨੀ ਦੀਆਂ ਪੀ ਗਿਆ ਤੂੰ ਲੋ ਜੀ ਮੈਂ ਤੇ ਹੋ ਗਿਆ ਫੁੱਲ ਇਸ ਤੋਂ ਬਾਅਦ ਹੋ ਜਾਣਾ ਫਰਮਾਨ ਸਾਹਿਬ ਠੰਡਾ ਸੋਡਾ ਲੈਮਨ ਸੋਡਾ ਠੀਕ ਹੈ ਤੇ ਮੈਂ ਕਹਿੰਦਾ ਮੁਕਾਓ ਤੇ ਆਓ ਇਹਨਾਂ ਨੂੰ ਪੈਸੇ ਦੇ ਦੇਈਏ ਤੇ ਫਿਰ ਸੋਡਾ ਪੀ ਕੇ ਆਪਾਂ ਘਰ ਲੋਹੇ ਢਿੱਡ ਫੁੱਲ ਹੋ ਗਿਆ ਤੇ ਜੇਬ ਹਲਕੀ ਹੋ ਗਈ ਤੇ ਹੁਣ ਅਸੀਂ ਚੱਲੇ ਹਾਂ ਸੋਡਾ ਪੀਣ ਫਰਮਾਨਿਆ ਕਿੱਥੇ ਜਾਣਾ ਜੀ ਓਏ ਉਹ ਫਰਮਾਨ ਮਰੇ ਮੈਂ ਤੈਨੂੰ ਪਿੱਛੇ ਡੀਕੀ ਜਾ ਰਿਹਾ ਤੇ ਹੁਣ ਸੋਡਾ ਪੀਣ ਜਾਣਾ ਤੇ ਸੋਡਾ ਕਿੱਥੋਂ ਪੀਣਾ ਭਾਈ ਇਹ ਨਾਲ ਪੀਤਾ ਤੇ ਮੈਨੂੰ ਨਹੀਂ ਲੱਗਦਾ ਐਡੀ ਹੈਵੀ ਗਜ਼ਾ ਹਜ਼ਮ ਹੋਣੀ ਹੈ ਸਾਡੇ ਕੋਲ ਨਹੀਂ ਜਾ ਰਿਹਾ ਕੁਛ ਥੱਲੇ ਨਹੀਂ ਜਾ ਰਿਹਾ ਛੋਟਾ ਮਾਰਨਾ ਤੇਰੇ ਗਲੇ ਚ ਮਰ ਜਣੇ ਸੋਡਾ ਪੀਂਦੇ ਆ ਸੰਜਿਆ ਕੋਲ ਨਾ ਤੇਰਾ ਜੀ ਨਾ ਸੋਡਾ ਜ਼ਰੂਰੀ ਹੈ ਮੈਂ ਸੋਡਾ ਪੀਣ ਆਇਆ ਇੱਥੇ ਤੇ ਕੋਈ ਕਬਰਸਤਾਨ ਨਹੀਂ ਹੁੰਦੀ ਫਿਰ ਕੀ ਯਾਰ ਮਰ ਕੇ ਮੌਤ ਲੰਘੇ ਕੀ ਕਰੀਏ ਹੁਣ ਨੌਕਰੀ ਜਾਣ ਦਿਓ ਰੋਟੀ ਖਾ ਲਈ ਤੇ ਹੁਣ ਆਪਾਂ ਸੋਡਾ ਪੀਂਦੇ ਹਾਂ ਸੋਡਾ ਪੀਣ ਦੇ ਬਾਅਦ ਆਏ ਹਾਂ ਤੇ ਇੱਥੇ ਤੇ ਅੱਲਾ ਮਾਫ ਕਰ ਵਿਚਾੜ ਫਿਰ ਗਿਆ ਬੰਦਾ ਨਾ ਬੰਦੇ ਦੀ ਦਾਤ ਕੋਈ ਸ਼ੈ ਨਹੀਂ ਹੈ ਮੈਨੂੰ ਤੇ ਲੱਗਦਾ ਤੇ ਕਰਫਿਊ ਲੱਗ ਗਿਆ ਉਸ ਰਾਜ ਹੀ ਮਾਲਕ ਮੌਤ ਫਿਰ ਗਿਆ ਤੇ ਅੱਲਾ ਮਾਫ ਕਰੇ ਚਲੋ ਖੈਰ ਕੋਈ ਨਹੀਂ ਸੋਡਾ ਨਹੀਂ ਤੇ ਪਾਣੀ ਸਹੀ ਲੋਰੀ ਚੰਗਾ ਭਲਾ ਫਿਰਨ ਤੋਂ ਬਾਅਦ ਵੀ ਲੈਮਨ ਸੋਡਾ ਨਹੀਂ ਮਿਲਿਆ ਵੀ ਕਿਉਂਕਿ ਤੁਹਾਨੂੰ ਪਤਾ ਸ਼ਿਬਾਸ਼ ਸ਼ਰੀਫ ਨੇ ਆਖਿਆ ਕਿ 9 ਵਜੇ ਪੂਰਾ ਬਾਜ਼ਾਰ ਬੰਦ ਹੋ ਜਾਣਾ ਪੂਰਾ ਪਾਕਿਸਤਾਨ ਬੰਦ ਹੋ ਜਾਣਾ ਤੇ ਪੂਰਾ ਪਾਕਿਸਤਾਨ ਬੰਦ ਕਰਕੇ ਲੋਕ ਹੀ ਘਰਾਂ ਘਰੀ ਡੁੱਲ ਗਏ ਤੇ ਮੈਂ ਕਿਹਾ ਚਲੋ ਹੁਣ ਮੈਂ ਤਾਂ ਜਾਂਦਾ ਪਿਆ ਕੀ ਕਰੀਏ ਖੈਰ ਫਿਰ ਘਰ ਆ ਕੇ ਠੰਡਾ ਪਾਣੀ ਪੀ ਕੇ ਤੁਹਾਡਾ ਵੀ ਸੋ ਗਿਆ ਸੀ ਤੇ ਇਹਦੇ ਨਾਲ ਮੈਨੂੰ ਦਿਓ ਇਜਾਜ਼ਤ ਹੱਸਦੇ ਰਹੋ ਵੱਜਦੇ ਰਹੋ ਸਿਰਾਂ ਦਿਲ ਚੱਲਦੇ ਰਹੋ ਕੱਲ੍ਹ ਫਿਰ ਮਿਲਦੇ ਹਾਂ।